ਭਾਜੀ ਨਿਰਮਲ ਸਿੰਘ ਪਿੰਡ ਮਰੀਦਾਂ ਤੋਂ ਜੀ। ਮੈਂ ਭਾਜੀ ਨਿਰਮਲ ਸਿੰਘ ਪਿੰਡ ਮਰੀਦਾਂ ਤੋਂ ਬੋਲ ਰਿਹਾ ਵਾਂ। ਮੈਂ ਮੁੰਡਾ ਸਪੇਨ ਭੇਜਣ ਦੀ ਥਾਂ ਤੇ ਏਜੰਟ ਨੂੰ 12-13 ਲੱਖ ਰੁਪਈਆ ਦੇ ਚੁੱਕਾ, ਪਰ ਉਹਨੇ ਮੋਰੋਕੋ ਦੇ ਵਿੱਚ ਹੀ ਮੁੰਡਾ ਭਾਈ ਰੱਖਿਆ। ਅਸੀਂ ਬਾਬਾ ਜੀ ਦੇ ਗਾੜੀ ਬੇਨਤੀ ਕੀਤੀ ਤੇ ਉਹਨਾਂ ਨੇ ਮੁੰਡੇ ਨੂੰ ਮੰਗਾਇਆ ਇੱਧਰ। ਅਸੀਂ ਹੁਣ ਬਾਬਾ ਜੀ ਹੁਣਾਂ ਕੋਲ ਬੈਠੇ ਹਾਂ, ਉਹਨਾਂ ਗਾੜੀ ਬੇਨਤੀ ਕੀਤੀ ਸੀ, ਬਾਬਾ ਜੀ ਨੇ ਮੁੰਡਾ ਮੰਗਾਇਆ ਇੱਧਰ ਸਾਡਾ, ਅਸੀਂ ਉਹਨਾਂ ਕੋਲ ਬੈਠੇ ਸੀਗੇ ਤੇ ਹੁਣ ਅਸੀਂ ਕੰਪਲੇਂਟ ਲਿਖਾਉਣੀ ਆ ਤੇ ਜੋ ਵੀ ਸਰਕਾਰ ਨੂੰ ਮਨਜ਼ੂਰ ਆ ਸਾਡੀ ਬੇਨਤੀ। ਮੇਰੇ ਘਰ ਦੇ ਵਿੱਚ ਮਿਸਤਰੀ ਹੁੰਦਿਆਂ ਵੀ ਬਾਵਜੂਦ ਮੇਰੇ ਘਰ ਦੇ ਵਿੱਚ ਕੋਈ ਬਾਥਰੂਮ ਨਹੀਂ, ਕੋਈ ਕੁਛ ਨਹੀਂ ਗਾ। 3 ਗੁੱਡੀਆਂ ਮੇਰੀਆਂ ਵਿਆਹਣ ਵਾਲੀਆਂ ਮੁੰਡੇ ਤੋਂ ਵੱਡੀਆਂ, ਜਿਹਨਾਂ ਦਾ ਹਜੇ ਤੱਕ ਮੈਂ ਕੋਈ ਸੋਚਿਆ ਹੀ ਨਹੀਂ ਉਹਨਾਂ ਦਾ। ਇਹਨੇ ਏਜੰਟ ਨੇ ਮੇਰੇ ਇੰਨੇ ਪੈਸੇ 20 ਲੱਖ ਦੇ ਕਰੀਬ ਮੇਰਾ ਏਜੰਟ ਪੈਸਾ ਹੀ ਖਾ ਗਿਆ ਹੈ। 13 ਲੱਖ ਮੈਂ ਜੀ, ਮੈਂ ਇੱਦਾਂ ਆਪਦੇ ਭਾਈਚਾਰੇ ਕੋਲੋਂ, ਭੈਣ ਭਰਾ ਕੋਲ, ਰਿਸ਼ਤੇਦਾਰਾਂ ਕੋਲ ਲੈ ਕੇ ਪੈਸੇ ਮੈਂ ਦਿੱਤੇ ਆ ਏਜੰਟ ਨੂੰ। ਫਿਰ ਮੁੰਡੇ ਨੂੰ ਵੀ 6-7-8 ਮਹੀਨੇ ਖਰਚਾ ਪਾਇਆ ਮੋਰੋਕੋ ਦੇ ਵਿੱਚ, ਹਫ਼ਤੇ ਦਾ 15-20 ਹਜ਼ਾਰ ਰੁਪਇਆ ਮੈਂ ਇੱਦਾਂ ਪਾਉਂਦਾ ਜੀ। ਭਾਜੀ ਰਿਸਕ ਇੱਦਾਂ ਨਾ, ਸਾਡੇ ਰਿਸ਼ਤੇਦਾਰੀ ਚੋਂ ਇਹਦੇ ਮਾਮੇ ਦੇ ਪੋਤੇ ਆ, ਜੋ ਮਾਸੀ ਦੇ ਪੋਤੇ, ਉਹ ਵੀ ਗਏ ਹੋਏ, ਇਹਨੇ ਵੀ ਥੋੜ੍ਹੀ ਜੀ ਉਹਨਾਂ ਦੇ ਬਿੱਲ ਵੇਖ ਕੇ ਤੇ ਇਹਨੇ ਆਪਦੀ ਸੋਚ ਰੱਖੀ ਵੀ ਚਲੋ ਤੇ ਚਲੋ। ਕੁਛ ਮੇਰੇ ਭੈਣ ਭਰਾ ਨਾਲ ਸੀਗੇ, ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਕੁਛ ਮੈਂ ਰਿਸ਼ਤੇਦਾਰਾਂ ਕੋਲ, ਕੁਛ ਮੈਂ ਬੈਂਕ ਚੋਂ ਵਿਆਜੀ ਪੈਸੇ ਚੱਕ ਕੇ ਤੇ ਮੈਂ ਇਹਦਾ ਪੈਸੇ ਤਾਰੇ ਮੁੰਡੇ ਦੇ। ਮੇਰੇ ਕੋਲ ਸਰਕਾਰ ਗਾੜੀ ਇਹੀ ਬੇਨਤੀ ਆ ਵੀ ਮੈਨੂੰ ਮੇਰਾ ਹੱਕ ਮਿਲ ਜੇ, ਜੋ ਜਿੰਨਾ ਮੈਂ ਪੈਸੇ ਦਿੱਤੇ ਮੈਨੂੰ ਪੈਸੇ ਮਿਲ ਜਾਣ, ਮੇਰੀ ਇਹੀ ਬੇਨਤੀ ਆ ਜੀ। ਉਸ ਫਰਜ਼ੀ ਏਜੰਟ ਦੇ ਚਾਂਸੇ ਜੀ ਕਿਦਾਂ ਆਏ ਤੁਸੀਂ? ਭਾਜੀ ਸਾਡਾ ਰਿਸ਼ਤੇਦਾਰ ਸੀ ਇੱਥੋਂ ਡਮਾਣਿਆਂ ਤੋਂ, ਉਹ ਲੈ ਕੇ ਮੇਰੇ ਘਰ ਇਹਨੂੰ ਆਇਆ, ਜਿਹਦੇ ਨਾਲ ਮੈਂ ਉਹਨੂੰ ਇੱਥੋਂ ਤੱਕ ਵੀ ਮੈਂ ਜਿਹੜਾ ਸਾਡਾ ਰਿਸ਼ਤੇਦਾਰ ਬੰਦਾ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਮੈਂ ਇਹਨੂੰ ਨਹੀਂ ਜਾਣਦਾ, ਮੈਂ ਤੈਨੂੰ ਪੈਸੇ ਦੇਣੇ ਆ ਤੇ ਵੀ ਤੁਸੀਂ ਜ਼ਿੰਮੇਵਾਰ ਆ ਮੇਰੇ ਪੈਸਿਆਂ ਦੇ, ਜੇ 19-21 ਜਾਂ ਕੁਛ ਵੀ ਹੋ ਜਾਵੇ ਤੇ ਮੈਂ ਤੂੰ ਮੇਰੇ ਪੈਸੇ ਦੇਣਦਾ ਰਿਹਾ। ਉਹ ਇਸ ਗੱਲ ਨਾਲ ਸਹਿਮਤ ਆ, ਹਜੇ ਤੱਕ ਵੀ ਉਹ ਮੰਨਦਾ ਵਾ ਵੀ ਮੈਂ ਜ਼ਿੰਮੇਵਾਰ ਆ ਪੈਸਿਆਂ ਦਾ ਤੇਰਿਆਂ ਦਾ। ਹਾਂਜੀ ਕਰਜ਼ਾ ਵੀ ਲਾਉਣਾ, ਕੁੜੀਆਂ ਵੀ ਵਿਆਹਣੀਆਂ ਜੀ। ਦੇਖੋ ਜੀ ਹੁਣ ਮਾੜਾ ਮੋਟਾ ਮੁਲਕ ਘੱਲਾਂਗੇ, ਡੁਬਈ ਡੁਬਈ ਜੀ, ਹੋਰ ਤੇ ਇੰਨੀ ਸਾਡੇ ਕੋਲ ਪਾਵਰ ਹੈ ਨੀ। ਮੇਰੇ ਕੋਲ ਕਮਰਾ ਇੱਕ ਆ, ਕੋਈ ਬਾਥਰੂਮ ਕੋਈ ਕੁਛ ਨੀ ਘਰ ਦੇ ਵਿੱਚ, ਇੱਕ ਆ ਤਿੰਨਾ ਗਾਡਰਾਂ ਤੇ ਆ ਕਮਰਾ ਜੀ, ਇੱਕ ਮੇਰੇ ਕੋਲ ਥਾਂ ਹੈਗਾ 2-2.5 ਮਰਲੇ ਜੇ, ਜਿਹਦੇ ਵਿੱਚ ਮੈਂ ਰਹਿਣ ਡਿਆ ਜੀ। ਨਾ ਭਾਜੀ ਅਰਸ਼ਦੀਪ ਸਿੰਘ, ਪਿੰਡ ਮੇਰਾ ਮਰੀਦ ਵਾਲਾ। ਮੈਂ ਭਾਜੀ 6 ਜੂਨ ਨੂੰ ਇੱਥੋਂ ਗਿਆ ਸੀ ਅਜ਼ਰਬਾਈਜਾਨ, ਠੀਕ ਹੈ ਜੀ, 2023 'ਚ, ਅਤੇ ਮੈਂ ਉੱਥੇ ਰਿਹਾ 27 ਦਿਨ ਅਜ਼ਰਬਾਈਜਾਨ। ਉੱਥੋਂ ਬਾਅਦ ਮੈਂ ਗਿਆ ਵਾਂ 29 ਜੂਨ ਨੂੰ ਮੋਰੋਕੋ ਪਹੁੰਚਿਆ ਵਾਂ, ਅਤੇ ਮੋਰੋਕੋ ਤੋਂ ਬਾਅਦ ਉੱਥੇ ਏਜੰਟ ਨੇ ਮੈਨੂੰ ਦੇਤਾ ਧੋਖਾ ਜੀ। ਉਦੋਂ ਬਾਅਦ ਮੈਂ ਉੱਥੇ 8 ਮਹੀਨੇ ਰਿਹਾ ਭਾਜੀ, 8 ਮਹੀਨਿਆਂ ਬਾਅਦ ਨਾ ਏਜੰਟ ਨੇ ਲਾਰੇ ਲਾਈ ਗਿਆ ਕਿ ਅੱਜ ਭੇਜਦਾ ਕੱਲ੍ਹ ਭੇਜਦਾ, ਉਸ ਤੋਂ ਬਾਅਦ ਨਾ ਕੋਈ ਮੈਨੂੰ ਖਰਚਾ ਮਗਰ ਪਾਇਆ। ਉਹ ਮੇਰੇ ਘਰਦਿਆਂ ਨੇ ਮੈਨੂੰ ਮਗਰ ਪੈਸੇ ਭੇਜੇ ਆ, ਠੀਕ ਹੈ ਜੀ, ਰੋਟੀ ਪਾਣੀ ਲਈ ਵੀ, ਅਤੇ ਬਾਅਦਾਂ 'ਚ ਉੱਥੋਂ ਕੋਈ ਨਾ ਹੀਲਾ ਨਿਕਲਦਾ ਸੀ ਨਾ ਉਹ ਸਾਨੂੰ ਵਾਪਸ ਭੇਜਦੇ ਸੀ ਵਾਪਸ ਇੰਡੀਆ, ਅਤੇ ਇਸ ਕਰਕੇ ਅਸੀਂ ਬਾਬਾ ਜੀ ਨੂੰ ਕਿਹਾ ਸੀ, ਬਾਬਾ ਜੀ ਉਹਨਾਂ ਨੇ ਸਾਨੂੰ ਇੱਧਰੋਂ ਮੇਲ ਪਾਈ ਅੰਬੈਸੀ ਨੂੰ, ਤਾਂ ਅੰਬੈਸੀ ਨੇ ਸਾਨੂੰ ਇੱਧਰ ਵਾਪਸ ਬਾਅਦ 'ਚ ਭੇਜਿਆ ਸੀ। ਜਾਣਾ ਭਾਅ ਜੀ ਸਪੇਨ ਜਾਣਾ ਸੀ ਅਸੀਂ, ਸਪੇਨ ਦੀ ਗੱਲ ਹੋਈ ਸੀ ਏਜੰਟ ਨਾਲ, ਇਹਨਾਂ ਮੈਨੂੰ ਕਿਹਾ ਸੀ ਤੁਹਾਨੂੰ ਡਾਇਰੈਕਟ ਵੀਜ਼ਾ ਲਗਾ ਕੇ ਦੇਵਾਂਗੇ ਅਸੀਂ, ਵੀ ਬਾਈ ਏਅਰ ਹੀ ਭੇਜਾਂਗੇ ਉੱਥੋਂ ਮੋਰੋਕੋ ਤੋਂ ਵੀ,
ਪਰ ਸਾਨੂੰ ਇਹਨੇ ਮੌਕੇ 'ਤੇ ਆ ਕੇ ਬਾਅਦ 'ਚ ਮੁੱਕਰ ਗਿਆ, ਕਹਿੰਦਾ ਵੀ ਨਹੀਂ ਇੱਥੋਂ ਡੌਂਕੀ ਲੱਗਣੀ ਆ, ਨਾ ਬਾਅਦ 'ਚ ਡੌਂਕੀ ਲਵਾਈ ਨਾ ਸਾਨੂੰ ਬਾਏਅਰ ਭੇਜਿਆ। ਕਿੰਨੇ ਕੁ ਮੁੰਡੇ ਉੱਥੇ ਜਿਹੜੇ ਆਪਾਂ ਕਹਿ ਸਕਦੇ ਮੁੰਡੇ ਭਾਅ ਜੀ ਉੱਥੇ ਫਿਲਹਾਲ ਤਾਂ ਹੁਣ ਤਾਂ ਥੋੜ੍ਹੇ ਰਹਿ ਗਏ ਹੋਣੇ ਆ, ਪਰ ਪਹਿਲਾਂ ਜਦੋਂ ਅਸੀਂ ਸੀ ਉਦੋਂ 500 550 600 ਮੁੰਡਾ ਹੈ ਸੀ ਮੋਰੋਕੋ ਦੇ ਵਿੱਚ। ਗੱਲ ਭਾਅ ਜੀ ਹੋਈ ਸੀ ਸਾਡੀ 12 ਲੱਖ 'ਚ ਨਾ। ਹਾਂਜੀ ਇਹਨੂੰ 12 ਲੱਖ ਰੁਪਏ ਅਸੀਂ ਨਗਦ ਦਿੱਤਾ ਕੈਸ਼ ਜੀ। ਸਾਨੂੰ ਕਹਿੰਦੇ ਸੀ ਘਰੋਂ ਪੈਸੇ ਮੰਗਾਓ ਤੇ ਇੱਥੇ ਰਹੀ ਚੱਲੋ, ਵੀ ਤੁਹਾਨੂੰ ਅਸੀਂ ਵਾਪਸ ਨਹੀਂ ਭੇਜ ਸਕਦੇ ਇੱਦਾਂ, ਤਾਂ ਕਰਕੇ ਜੀ ਵੀ ਅਸੀਂ ਬਾਬਾ ਜੀ ਨੂੰ ਕਿਹਾ ਸੀ, ਬਾਬਾ ਜੀ ਉਹਨਾਂ ਨੇ ਸਾਡੀ ਮੇਲ ਪਾਈ ਤੇ ਅਸੀਂ ਵਾਪਸ ਆਏ। ਘਰੋਂ ਭਾਅ ਜੀ 5-6 ਲੱਖ ਰੁਪਈਆ ਪਾਇਆ ਘਰਦੇ ਨੇ ਮਗਰ ਉੱਥੇ ਖਰਚਾ ਮੈਨੂੰ ਰੋਟੀ ਪਾਣੀ ਲਈ। ਵਾਪਸ ਬਾਬਾ ਸੀਚਲ ਨਾਲ ਕਿੱਦਾਂ ਸੰਪਰਕ ਹੋਇਆ? ਬਾਬਾ ਜੀ ਨਾਲ ਨੈਟਵਰਕ ਤੋਂ ਹੋਇਆ ਭਾਅ ਜੀ, ਫੇਸਬੁੱਕ ਤੋਂ ਬਾਬਾ ਜੀ ਦਾ ਨੰਬਰ ਕੱਢ ਕੇ ਫਿਰ ਅਸੀਂ ਕਾਲ ਕੀਤੀ ਸੀ। ਅਸੀਂ 10 ਮੁੰਡੇ ਸੀਗੇ ਅਤੇ ਅਸੀਂ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਸੀ, ਪਰ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਇੱਥੇ ਵਾਪਸ ਆਏ। ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ ਜਾਣ ਦੀ ਚਾਹਨਾ ਰੱਖਦੇ। ਮੈਂ ਭਾਅ ਜੀ ਇਹੀ ਆ ਵੀ ਜੇ ਕਿਸੇ ਨੇ ਜਾਣਾ ਵਾ ਤਾਂ ਆਪਣਾ ਡਾਇਰੈਕਟ ਜਾਓ, ਵਰਕ ਪਰਮਿਟ ਇੱਥੇ ਲਓ ਆਪਦਾ ਅਤੇ ਫਿਰ ਹੀ ਜਾਓ ਇੱਕ ਨੰਬਰ 'ਚ ਹੀ। ਜੇ ਕੋਈ ਏਜੰਟ ਤੁਹਾਨੂੰ ਕਹਿੰਦਾ ਵਾ ਕਿ ਰਾਸਤੇ 'ਚ ਉੱਥੋਂ ਡਾਇਰੈਕਟ ਫਲੈਟ ਹੋ ਜੂਗੀ, ਇੱਦਾਂ ਹੋ ਜੂਗਾ ਵੀ ਇੱਦਾਂ ਨਾ ਜਾਓ। ਜਿਹੜੇ ਏਜੰਟ ਨੇ ਠੱਗੀ ਕੀਤੀ ਆ ਉਸ ਖਿਲਾਫ ਕਾਰਵਾਈ ਦੀ ਮੰਗ ਕਰਦੇ? ਹਾਂਜੀ ਭਾਅ ਜੀ। ਕਿੱਥੋਂ ਦਾ ਏਜੰਟ ਸੀ? ਏਜੰਟ ਭਾਅ ਜੀ ਪੰਮਣਾ ਦਾ ਹੈ। ਕੀ ਨਾਮ? ਉਹਨਾਂ ਦਾ ਗੋਰਾ ਭਾਅ ਜੀ। ਹਾਂਜੀ ਕੰਪਲੇਂਟ ਕੰਪਲੇਂਟ ਨਹੀਂ ਭਾਅ ਜੀ, ਹਜੇ ਕੰਪਲੇਂਟ ਦਿੱਤੀ ਨਹੀਂ। ਬੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਕਈ ਵਾਰੀ ਆਪ ਸੰਗਤਾਂ ਦੇ ਸਾਹਮਣੇ ਹੋਣ ਦਾ ਸਮਾਂ ਮਿਲਿਆ ਕਿ ਜਿਹੜੇ ਸਾਡੇ ਨੌਜਵਾਨ ਆ, ਸਾਡਾ ਬ੍ਰੇਨ ਡਰੇਨ ਹੋ ਰਿਹਾ, ਬਾਹਰ ਨੂੰ ਜਾ ਰਿਹਾ, ਅਤੇ ਉਹ ਇਸ ਤਰੀਕੇ ਨਾਲ ਡਰੇਨ ਹੋ ਰਿਹਾ ਕਿ ਜਿਹਦੇ ਨਾਲ ਬਹੁਤ ਵੱਡੀ ਜਿਹੜੀ ਹੈਗੀ ਆ ਲੁੱਟ ਖਸੁੱਟ ਹੋ ਰਹੀ ਹੈ। ਸੋ ਇਹ ਜਿਹੜਾ ਹੈ ਸਾਡੇ ਨੌਜਵਾਨ ਇੱਥੇ ਕੋਈ ਵੀ ਜਿਹੜਾ ਹੈਗਾ ਕੰਮ ਵੱਲ ਹੁਣ ਰੁਚੀ ਨਹੀਂ ਰਹਿ ਗਈ। ਹਰ ਇੱਕ ਦੀ ਸੋਚ ਆ ਕਿ ਅਸੀਂ ਬਾਹਰ ਚੱਲ ਜਾਈਏ, ਬਾਹਰ ਕਿੰਨੇ ਕੁ ਜਾਂਦੇ ਆ ਅਤੇ ਕਿੰਨੇ ਕੁ ਉਹਦੇ ਵਿੱਚ ਸਕਸੈਸਫੁੱਲ ਹੁੰਦੇ ਆ, ਸੋ ਉਹਨਾਂ ਦੀ ਗੱਲ ਘੱਟ ਹੁੰਦੀ ਆ। ਜਿਹੜੇ ਪਰ ਰਾਹ ਵਿੱਚ ਫਸ ਜਾਂਦੇ ਆ, ਜਿਹੜੇ ਹੈ ਆਪਣੇ ਕਈ ਜੀਵਨ ਤੋਂ ਵੀ ਹੱਥ ਧੋ ਲੈਂਦੇ ਆ, ਅਤੇ ਇੱਕ ਪੈਸੇ ਦੀ ਚਮਕ ਦਮਕ ਕਰਕੇ ਅਸੀਂ ਮਾਂ ਬਾਪ ਵੀ ਆਪਣੇ ਨੌਜਵਾਨ ਬੱਚਿਆਂ ਨੂੰ ਜਿਹੜਾ ਹੈ ਕਈ ਵਾਰੀ ਇਹੋ ਜਿਹੇ ਜਲਾਦਾਂ ਦੇ ਹੱਥ ਫੜਾ ਦਿੰਦੇ ਆ, ਘਰ ਵੀ ਲੁਟਾ ਦਿੰਦੇ ਆ, ਅਤੇ ਮਗਰੋਂ ਜਿਹੜੇ ਹੈਗੇ ਆ ਬੱਚੇ ਵੀ ਬਾਹਰ ਜਾ ਕੇ ਫਸ ਜਾਂਦੇ ਆ ਜਿੱਥੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ। ਸੋ ਇਹੋ ਜਿਹੀ ਘਟਨਾ ਇਹ ਸਾਡੇ ਕੋਲ 3 ਪਰਿਵਾਰ ਆਏ ਸੀ 19 ਮਾਰਚ ਨੂੰ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਮੋਰੋਕੋ ਦੇ ਵਿੱਚ ਫਸੇ ਹੋਏ ਆ, ਅਤੇ ਉਹਨਾਂ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਅਤੇ ਇੱਕ ਜਿਹੜਾ ਬੱਚਾ ਸੀ ਉਹ ਸਾਡੇ ਨਜ਼ਦੀਕ ਮਰੀਦਵਾਲ ਤੋਂ ਸੀ। ਸੋ ਉਹ ਬੱਚਾ ਅੱਜ ਇੱਥੇ ਆਇਆ ਵੀ ਹੈ, ਸੋ ਤਕਰੀਬਨ 1 ਸਾਲ ਤੋਂ ਦੇ ਤਕਰੀਬਨ 8-9 ਮਹੀਨੇ ਬਾਅਦ ਉਹ ਬੱਚਾ ਵਾਪਸ ਆਇਆ। ਸੋ ਮਾਂ ਬਾਪ ਨੇ ਕਿਉਂਕਿ ਇੰਨੀ ਆਰਥਿਕ ਹਾਲਤ ਮਾੜੀ ਹੈ ਕਿ ਲੋਕਾਂ ਕੋਲ ਪੈਸੇ ਫੜ ਕੇ 13 ਲੱਖ ਰੁਪਈਆ ਜਿਹੜਾ ਹੈ ਉਹ ਏਜੰਟ ਨੂੰ ਦਿੱਤਾ, ਅਤੇ ਆਪ ਇੱਥੋਂ ਕਮਾ ਕਮਾ ਕੇ ਬੱਚੇ ਨੂੰ ਉੱਥੇ ਰੋਟੀ ਵਾਸਤੇ ਮਗਰ ਪੈਸੇ ਭੇਜਦਾ ਰਿਹਾ। ਸੋ 3 ਲੜਕੀਆਂ ਦੱਸਦੇ ਆ ਕਿ ਇਹਦੇ ਤੋਂ ਵੱਡੀਆਂ ਹੈ ਬੱਚੇ ਤੋਂ ਜਿਹੜੀਆਂ ਵਿਆਹੁਣ ਵਾਲੀਆਂ,
ਘਰ ਦੇ ਵਿੱਚ ਦੱਸ ਰਹੇ ਕਿ ਮੇਰੇ ਟੋਇਲਟ ਬਾਥਰੂਮ ਵੀ ਨਹੀਂ ਬਣਿਆ ਹੋਇਆ, ਪਰ ਜਿਹੜਾ ਹੈ ਉਜਲੇ ਭਵਿੱਖ ਵਾਸਤੇ ਆਪਣੇ ਬੱਚੇ ਵਾਸਤੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਕੋਲ ਪੈਸੇ ਇਕੱਠੇ ਕਰਕੇ ਜਿਹੜੇ ਹੈ ਉਹ ਏਜੰਟ ਨੂੰ ਦੇ ਦਿੱਤੇ ਤੇ ਬੱਚੇ ਉੱਧਰ ਪਛਾ ਦਿੱਤੇ। ਅੱਜ ਜਿਹੜੇ ਬੱਚੇ ਤਾਂ ਵਾਪਸ ਆ ਗਿਆ, ਉਹ ਇਹ ਤਿੰਨ ਬੱਚੇ ਉਹ ਆ ਗਏ ਅਸੀਂ ਨਾਲ। ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜੀ ਉੱਥੇ ਹੋਰ ਵੀ ਬੱਚੇ ਫਸੇ ਹੋਏ ਆ ਜਿਹਨਾਂ ਦਾ ਜਿਹੜੇ ਹੈ ਵਾਪਸ ਨਹੀਂ ਆ ਰਹੇ। ਅਸੀਂ ਉਹਦੇ ਵਿੱਚ ਰਿਕੁਐਸਟ ਕੀਤੀ ਸੀਗੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਇਹ ਐਡਰੈਸ ਤੋਂ ਇੱਥੋਂ ਇੱਥੋਂ ਗਏ ਹੋਏ, ਇਹਨਾਂ ਦੇ ਪਰਿਵਾਰਾਂ ਦਾ ਜੋ ਸਾਡੇ ਕੋਲ ਆਇਆ ਸੀ, ਤੇ ਹੋਰ ਵੀ ਜਿਹੜੇ ਹੈਗੇ ਆ ਬੱਚੇ ਇੱਥੇ ਇਹਨਾਂ ਦੇ ਨਾਲ ਫਸੇ ਹੋਏ, ਉਹਨਾਂ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ। ਸੋ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ ਜਿਹਨਾਂ ਨੇ ਜਿੰਨੇ ਵੀ ਇਹ ਬੱਚੇ ਆਏ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਵਾਪਸ ਆਏ ਆ। ਸੋ ਅਸੀਂ ਉਹਨਾਂ ਦਾ ਵੀ ਆਫਿਸਰ ਸਾਹਿਬਾਨਾਂ ਦਾ ਵੀ ਜਿਹੜੇ ਹੈਗੇ ਆ ਪਰ ਅੰਬੈਸੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਬੱਚੇ ਮਾਂ ਬਾਪ ਦੇ ਕੋਲ ਪਹੁੰਚ ਗਿਆ। ਪਰ ਬੜੀ ਦੁੱਖ ਦੀ ਗੱਲ ਆ ਕਿ ਜੋ ਅਸੀਂ ਇਹਨਾਂ ਤੋਂ ਕਹਾਣੀ ਸੁਣੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੂੰ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਰਾਹ ਦੇ ਵਿੱਚ ਜਿਹੜਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ, ਪੈਸੇ ਇੱਥੇ ਕੋਈ ਲੈ ਲੈਂਦਾ ਅੱਗੇ ਗਾਂ ਉਹ ਗਾਂ ਕਿਸੇ ਨੂੰ ਦੇ ਦਿੰਦਾ, ਉਦੋਂ ਗਾਂ ਕਿੰਨੀ ਜਿਹੜੀ ਹੈਗੀ ਆ ਪਸ਼ੂ ਵੀ ਨਹੀਂ ਏਦਾਂ ਵਿਕਦੇ ਜਿਸ ਤਰ੍ਹਾਂ ਇਹ ਬੰਦਿਆਂ ਨੂੰ ਜਿਹੜਾ ਹੈਗਾ ਵੇਚਿਆ ਜਾਂਦਾ। ਸੋ ਇਹ ਅਸੀਂ ਉਹਨਾਂ ਮਾਂ ਬਾਪ ਨੂੰ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਪਾਲ ਪਲੋਸ ਕੇ ਵੱਡੇ ਕੀਤਾ, ਇੱਥੇ ਵੀ ਵਾਹਿਗੁਰੂ ਨੇ ਰੁਜ਼ਗਾਰ ਦੇਣਾ ਜਿਹੜਾ ਹੈ ਇੱਥੇ ਵੀ ਮਿਲ ਸਕਦਾ, ਇੱਥੇ ਵੀ ਅਸੀਂ ਰੋਟੀ ਖਾਂਦੇ ਹਾਂ, ਕੋਈ ਇੱਥੇ ਭੁੱਖਾ ਨਹੀਂ ਮਰਦਾ, ਨਹੀਂ ਤਾਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਦੇ ਲੰਗਰ ਚੱਲਦੇ ਆ। ਸਾਨੂੰ ਇਸ ਤਰ੍ਹਾਂ ਨਿਰਾਸ਼ਾ ਦੇ ਤੇ ਇਹੋ ਜਿਹੇ ਏਜੰਟਾਂ ਦੇ ਹੱਥ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ, ਜਿਨ੍ਹਾਂ ਦਾ ਪਤਾ ਕੋਈ ਨਹੀਂ, ਕੋਈ ਰਜਿਸਟ੍ਰੇਸ਼ਨ ਨਹੀਂ, ਇਹੋ ਜਿਹੇ ਏਜੰਟਾਂ ਦੇ ਧੜੇ ਚੜ ਕੇ ਕਿ ਤੇਰੇ ਮੁੰਡੇ ਨੂੰ ਮੈਂ ਨਗਾ ਦਿੰਦਾ ਗਾਂ ਦੀ ਗਾਂ, ਰਿਸ਼ਤੇਦਾਰਾਂ 'ਚ ਕਈ ਵਾਰੀ ਇਹੋ ਜਿਹੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ, ਉਹਦੇ ਨਾਲ ਪੈਸਾ ਵੀ ਮਰ ਜਾਂਦਾ ਤੇ ਜਿਹੜੇ ਬੱਚਿਆਂ ਦਾ ਭਵਿੱਖ ਉਜਲਾ ਹੋਣ ਦੀ ਬਜਾਏ ਉਹ ਫਸ ਜਾਂਦੇ ਆ। ਸੋ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਮਾਂ ਬਾਪ ਨੂੰ ਕਿ ਬੱਚੇ ਇਹ ਕੁਦਰਤ ਦੀ ਦਾਤ ਆ ਤੇ ਇਹਨਾਂ ਨੇ ਜਾਣਾ ਵਾ ਤੇ ਸਹੀ ਤਰੀਕੇ ਨਾਲ ਐਜੂਕੇਸ਼ਨ ਲੈ ਲਓ, ਜਿੱਥੇ ਮਰਜ਼ੀ ਜਿਹੜੇ ਮੁਲਕ 'ਚ ਤੁਸੀਂ ਜਾਣਾ ਚਾਹੋ ਤੁਹਾਨੂੰ ਕੋਈ ਨਹੀਂ ਰੋਕਦਾ। ਇਹੋ ਜਿਹੇ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਨਹੀਂ ਦੇ ਰਹੇ ਤੇ ਬਾਹਰ ਜਦੋਂ ਅਸੀਂ ਪੈਸੇ ਦੇ ਕੇ ਕੱਢ ਰਹੇ ਹਾਂ ਤੇ ਉਹਦੇ ਨਾਲ ਉਹ ਇਹੀ ਮਕਸਦ ਆ ਕਿ ਸਾਡੇ ਬਾਹਰ ਬੱਚੇ ਜਾ ਕੇ ਸੈੱਟ ਹੋ ਜਾਣਗੇ, ਉੱਥੇ ਪੈਸਾ ਕਮਾਉਣਗੇ, ਪਰ ਪੈਸਾ ਤਾਂ ਤੁਹਾਡੇ ਕੋਲ ਉਹ ਪਹਿਲਾਂ ਲੈ ਲੈਂਦੇ। ਇਸ ਵਾਸਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਹੈ ਬੱਚਿਆਂ ਨੂੰ ਜੇ ਭੇਜਣਾ ਚਾਹੁੰਦੇ, ਅਸੀਂ ਨਹੀਂ ਕਹਿੰਦੇ ਜਾਵੇ, ਕੋਈ ਹਰ ਮਾਂ ਬਾਪ ਦੀ ਇੱਛਾ ਹੈ, ਪਰ ਉਹ ਲੀਗਲ ਜਿਹੜੇ ਹੈ ਏਜੰਟ ਆ ਉਹਨਾਂ ਦੇ ਥਰੂ ਜਾਵੇ, ਵੀਜ਼ਾ ਲੈ ਕੇ ਜਾਵੇ ਜਾਂ ਵਰਕ ਪਰਮਿਟ ਲੈ ਕੇ ਜਾਵੇ, ਜਿਹਦਾ ਕਿ ਸਰਕਾਰ ਵੀ ਤੇ ਜਿਹੜੀ ਹੈਗੀ ਆ ਵਿਦੇਸ਼ ਮੰਤਰਾਲਾ ਵੀ ਤੇ ਦੂਸਰੇ ਸਾਰੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਅਸੀਂ ਕੋਈ ਲੀਗਲ ਕੰਟਰੈਕਟ ਕਰਦੇ ਹਾਂ। ਤੇ ਜਦੋਂ ਇਹੋ ਜਿਹੇ ਏਜੰਟਾਂ ਦੇ ਥਰੂ ਜਾ ਕੇ ਅਸੀਂ ਫਸ ਜਾਂਦੇ ਹਾਂ, ਫਿਰ ਉੱਥੇ ਕੋਈ ਜਿਹੜੀ ਹੈਗੀ ਹੈ ਕਿਉਂਕਿ ਅਸੀਂ ਕਸੂਰਵਾਰ ਹੁੰਦੇ ਹਾਂ, ਉੱਥੇ ਕੋਈ ਜ਼ਿਆਦਾ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਜਾ ਕੇ ਉੱਥੇ ਸਾਡੇ ਬੱਚਿਆਂ ਨੂੰ ਛੱਡਣਾ ਪੈਂਦਾ। ਇਸ ਵਾਸਤੇ ਸਾਡੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਹੈ ਵੱਧ ਤੋਂ ਵੱਧ ਜਿਹੜਾ ਹੈ ਆਪਣੇ ਆਹਾਰ ਇੱਥੇ ਵੀ ਦਿਓ, ਮਿਲ ਸਕਦਾ ਬਹੁਤ ਕੁਛ ਹੋ ਗਿਆ, ਕੋਈ ਇੱਥੇ ਭੁੱਖਾ ਨਹੀਂ ਮਰਦਾ, ਪਰ ਜੇ ਬਾਹਰ ਵੀ ਜਾਣਾ ਤੇ ਵਧੀਆ ਏਜੰਟ ਜਿਹੜਾ ਹੈ ਲੀਗਲ ਉਹਦੇ ਰਾਹੀਂ ਜਾਓ। ਇਹ ਸਾਡੀ ਸਾਰਿਆਂ ਨੂੰ ਬੇਨਤੀ ਹੈ। ਇਹ ਜਿਹੜੇ ਬੱਚੇ ਜਿਹੜੇ ਹੈਗੇ ਆ ਇਹਨਾਂ ਨੇ ਜੋ ਇਹਨਾਂ ਦੇ ਨਾਲ ਬੀਤੀ ਹੈ ਬੜੀ ਦਿਲ ਨੂੰ ਹਿਲਾਉਣ ਵਾਲੀ ਹੈ। ਇਹੋ ਜਿਹੇ ਪਤਾ ਨਹੀਂ ਕਿੰਨੇ ਪਰਿਵਾਰ ਆ
ਜਿਹੜੇ ਇਸੇ ਤਰ੍ਹਾਂ ਹੀ ਕਰਜ਼ੇ ਹੇਠਾਂ ਡੁੱਬੇ ਕਿ ਇਸੇ ਤਰ੍ਹਾਂ ਹੀ ਆਪਣੇ ਲੋੜ ਤੋਂ ਵੱਧ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਏਜੰਟਾਂ ਨੂੰ ਦੇ ਦਿੱਤੇ। ਏਜੰਟ ਕੋਈ ਆਵਾਜ਼ ਨਹੀਂ ਗਾਂ ਦਿੰਦਾ ਕਿਉਂਕਿ ਚੋਰਾਂ ਦੇ ਕੱਪੜੇ ਤੇ ਲਾਠੀਆਂ ਦੇ ਗਜ਼ ਹੁੰਦਾ ਕਿ ਉਹ ਗਲਤ ਪਾਸੇ ਆਪਣਾ ਪੈਸਾ ਲਾ ਕੇ ਤੇ ਆਮ ਲੋਕਾਂ ਨੂੰ ਠੱਗ ਲੈਂਦੇ। ਇਹਨਾਂ ਠੱਗਾਂ ਤੋਂ ਬਚੋ ਤੇ ਜਿਹੜਾ ਹੈ ਜੇ ਜਾਣਾ ਹੀ ਹੈ ਤੇ ਲੀਗਲ ਤਰੀਕੇ ਨਾਲ ਜਾਓ। ਇਹ ਸਾਡੀ ਬੇਨਤੀ।